ਆਸਟ੍ਰੇਲੀਆ 'ਚ 24 ਸਾਲਾ ਪੰਜਾਬੀ ਕੁੜੀ ਦੀ ਹੋਈ ਮੌਤ। 4 ਸਾਲ ਪਹਿਲਾਂ ਵਿਦੇਸ਼ ਗਈ ਸੀ ਸਟੱਡੀ ਵੀਜ਼ੇ ਤੇ, ਪਰਿਵਾਰ ਨੂੰ ਮਿਲਣ ਲਈ ਆ ਰਹੀ ਸੀ ਵਾਪਸ। ਜਹਾਜ਼ 'ਚ ਤਬੀਅਤ ਵਿਗੜਨ ਨਾਲ ਹੋਈ ਮੌਤ। ਤਾਂ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ 24 ਸਾਲਾ ਇੱਕ ਪੰਜਾਬੀ ਕੁੜੀ ਦੀ ਮੌਤ ਹੋਈ ਹੈ, ਜੋ ਕਿ ਹੁਣ 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਵਾਪਸ ਪੰਜਾਬ ਆ ਰਹੀ ਸੀ। ਪਰ ਜਿਵੇਂ ਹੀ ਉਹ ਜਹਾਜ਼ ਦੇ ਵਿੱਚ ਬੈਠਦੀ ਹੈ ਤਾਂ ਉਸਦੀ ਤਬੀਅਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਉਸਨੂੰ ਮੈਡੀਕਲ ਫੈਸਿਲਿਟੀ ਵੀ ਦਿੱਤੀ ਜਾਂਦੀ ਹੈ, ਪਰ ਜ਼ਿਆਦਾ ਤਬੀਅਤ ਵਿਗੜਨ ਨਾਲ ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਤੁਹਾਨੂੰ ਦੱਸ ਦਈਏ ਕਿ 4 ਸਾਲ ਪਹਿਲਾਂ ਇਹ ਸਟੱਡੀ ਵੀਜ਼ਾ 'ਤੇ ਬਾਹਰ ਗਈ ਸੀ, ਤਾਂ ਹੁਣ ਜਦੋਂ ਵਾਪਸ ਆਉਣਾ ਸੀ ਤਾਂ ਇਸਦੀ ਤਬੀਅਤ ਵਿਗੜ ਗਈ ਅਤੇ ਹੁਣ ਮੌਤ ਹੋ ਗਈ। ਤਾਂ ਦੱਸ ਦਈਏ ਕਿ ਮਾਨਸਾ ਦੇ ਪਿੰਡ ਧਰਮਪੁਰਾ ਦੀ ਰਹਿਣ ਵਾਲੀ ਸੀ, ਤਾਂ ਇਸਦਾ ਭਰਾ ਵੀ ਹੈ ਜਿਹੜਾ ਉਸਨੂੰ ਵੀ ਪਰਿਵਾਰ ਰਿਪੀਟ ਉਸਨੂੰ ਪਰਿਵਾਰ ਦੇ ਵੱਲੋਂ ਜ਼ਮੀਨ ਵੇਚ ਕੇ ਡੰਕੀ ਲਗਾ ਕੇ ਵਿਦੇਸ਼ ਭੇਜਿਆ ਗਿਆ ਸੀ। ਤਾਂ ਹੁਣ ਇਹ ਆਸਟ੍ਰੇਲੀਆ ਰਹਿ ਰਹੀ ਸੀ, 4 ਸਾਲ ਤੋਂ ਬਾਅਦ ਆਪਣੇ ਪਰਿਵਾਰ ਦੇ ਕੋਲ ਜਾ ਰਹੀ ਸੀ, ਪਰ ਜਿਵੇਂ ਹੀ ਉਹ ਜਹਾਜ਼ ਦੇ ਵਿੱਚ ਬੈਠਦੀ ਹੈ ਉਸਦੀ ਤਬੀਅਤ ਵਿਗੜ ਗਈ ਅਤੇ ਹੁਣ ਮੌਤ ਹੋ ਗਈ ਹੈ। ਤਾਂ ਪਰਿਵਾਰ ਦੇ ਵੱਲੋਂ ਹੁਣ ਲਾਸ਼ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਬੜੇ ਹੀ ਦੁਖਦਾਈ ਖਬਰ ਹੈ, ਜਿੱਥੇ 24 ਸਾਲਾਂ ਕੁੜੀ ਸੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ 4 ਸਾਲ ਬਾਅਦ ਵਾਪਸ ਆ ਰਹੀ ਸੀ, ਪਰ ਹੁਣ ਇਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਆਸਟ੍ਰੇਲੀਆ 'ਚ 24 ਸਾਲਾ ਪੰਜਾਬੀ ਕੁੜੀ ਦੀ ਹੋਈ ਮੌਤ। 4 ਸਾਲ ਪਹਿਲਾਂ ਵਿਦੇਸ਼ ਗਈ ਸੀ ਸਟੱਡੀ ਵੀਜ਼ੇ 'ਤੇ, ਪਰਿਵਾਰ ਨੂੰ ਮਿਲਣ ਲਈ ਆ ਰਹੀ ਸੀ ਵਾਪਸ। ਜਹਾਜ਼ 'ਚ ਤਬੀਅਤ ਵਿਗੜਨ ਨਾਲ ਹੋਈ ਮੌਤ। ਤਾਂ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ 24 ਸਾਲਾ ਇੱਕ ਪੰਜਾਬੀ ਕੁੜੀ ਦੀ ਮੌਤ ਹੋਈ ਹੈ, ਜੋ ਕਿ ਹੁਣ 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਵਾਪਸ ਪੰਜਾਬ ਆ ਰਹੀ ਸੀ। ਪਰ ਜਿਵੇਂ ਹੀ ਉਹ ਜਹਾਜ਼ ਦੇ ਵਿੱਚ ਬੈਠਦੀ ਹੈ ਤਾਂ ਉਸਦੀ ਤਬੀਅਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਉਸਨੂੰ ਮੈਡੀਕਲ ਫੈਸਿਲਿਟੀ ਵੀ ਦਿੱਤੀ ਜਾਂਦੀ ਹੈ, ਪਰ ਜ਼ਿਆਦਾ ਤਬੀਅਤ ਵਿਗੜਨ ਨਾਲ ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਤੁਹਾਨੂੰ ਦੱਸ ਦਈਏ ਕਿ 4 ਸਾਲ ਪਹਿਲਾਂ ਇਹ ਸਟੱਡੀ ਵੀਜ਼ਾ 'ਤੇ ਬਾਹਰ ਗਈ ਸੀ, ਤਾਂ ਹੁਣ ਜਦੋਂ ਵਾਪਸ ਆਉਣਾ ਸੀ ਤਾਂ ਇਸਦੀ ਤਬੀਅਤ ਵਿਗੜ ਗਈ ਅਤੇ ਹੁਣ ਮੌਤ ਹੋ ਗਈ। ਤਾਂ ਦੱਸ ਦਈਏ ਕਿ ਮਾਨਸਾ ਦੇ ਪਿੰਡ ਧਰਮਪੁਰਾ ਦੀ ਰਹਿਣ ਵਾਲੀ ਸੀ, ਤਾਂ ਇਸਦਾ ਭਰਾ ਵੀ ਹੈ ਜਿਹੜਾ ਉਸਨੂੰ ਵੀ ਪਰਿਵਾਰ ਰਿਪੀਟ ਉਸਨੂੰ ਪਰਿਵਾਰ ਦੇ ਵੱਲੋਂ ਜ਼ਮੀਨ ਵੇਚ ਕੇ ਡੰਕੀ ਲਗਾ ਕੇ ਵਿਦੇਸ਼ ਭੇਜਿਆ ਗਿਆ ਸੀ। ਤਾਂ ਹੁਣ ਇਹ ਆਸਟ੍ਰੇਲੀਆ ਰਹਿ ਰਹੀ ਸੀ, 4 ਸਾਲ ਤੋਂ ਬਾਅਦ ਆਪਣੇ ਪਰਿਵਾਰ ਦੇ ਕੋਲ ਜਾ ਰਹੀ ਸੀ, ਪਰ ਜਿਵੇਂ ਹੀ ਉਹ ਜਹਾਜ਼ ਦੇ ਵਿੱਚ ਬੈਠਦੀ ਹੈ ਉਸਦੀ ਤਬੀਅਤ ਵਿਗੜ ਗਈ ਅਤੇ ਹੁਣ ਮੌਤ ਹੋ ਗਈ ਹੈ। ਤਾਂ ਪਰਿਵਾਰ ਦੇ ਵੱਲੋਂ ਹੁਣ ਲਾਸ਼ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਬੜੇ ਹੀ ਦੁਖਦਾਈ ਖਬਰ ਹੈ, ਜਿੱਥੇ 24 ਸਾਲਾਂ ਕੁੜੀ ਸੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ 4 ਸਾਲ ਬਾਅਦ ਵਾਪਸ ਆ ਰਹੀ ਸੀ, ਪਰ ਹੁਣ ਇਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ।